ਗੱਲਬਾਤ ਕਰਨ ਮੈਨਾਂ ਹੋਈ ਨਹੀਂ ਹੈਗੀ, ਪਤਾ ਨਹੀਂ ਲੱਗ ਰਿਹਾ। ਹੁਣ ਉਹਨੂੰ ਐਡਮਿਟ ਕੀਤਾ ਹੋਇਆ ਭੰਗੂ ਹੋਸਪਿਟਲ ਦੇ ਵਿੱਚ, ਠੀਕ ਆ। ਉਸ ਜਦੋਂ ਉਹ ਆਏਗਾ ਉਸ ਵਿੱਚ ਸਾਨੂੰ ਪਤਾ ਲੱਗ ਜਾਏਗਾ ਤਾਂ ਅਸੀਂ ਦੱਸ ਦਾਂਗੇ। ਨਹੀਂ ਸਰ, ਸਾਨੂੰ ਅਜੇ ਇਹਦੇ ਬਾਰੇ ਕੋਈ ਨੌਲੇਜ ਨਹੀਂ ਹੈਗੀ। ਸਾਨੂੰ ਉਹਦੀ ਆਵਾਜ਼ ਸੁਣੀ ਹੈ ਅਤੇ ਅਸੀਂ ਉਹਨੂੰ ਹੋਸਪਿਟਲ ਐਡਮਿਟ ਕਰਵਾ ਚੁੱਕੇ। ਗੋਲੀ ਸਰ ਅੱਖ ਵਗੈਰਾ 'ਤੇ ਲੱਗੀ ਸੀ ਇਹਦੇ। ਆਪਣੇ ਲੋਕਲ ਦਰਾਹਾ ਪੁਲਿਸ ਨੂੰ ਜਿਹੜੀ ਕਿ ਇਨਫੋਰਮੇਸ਼ਨ ਮਿਲੀ ਸੀਗੀ, ਜਿਹੜਾ ਕਿ ਲੋਕਲ PNB ਬ੍ਰਾਂਚ ਬੈਂਕ ਦੇ ਜਿਹੜੇ ਗਾਰਡ ਹੈ ਉਹਨਾਂ ਦੇ ਜਿਹੜਾ ਇੱਕ ਐਕਸੀਡੈਂਟਲ ਫਾਇਰ ਜਿਹੜਾ ਉਹਨਾਂ ਦੇ ਆਪਣੇ ਖੁਦ ਦੇ ਵੈਪਨ ਤੋਂ ਰਿਪੋਰਟ ਹੋਇਆ ਸੀਗਾ, ਜੋ ਕਿ ਪੁਲਿਸ ਮੌਕੇ 'ਤੇ ਪਹੁੰਚੀ ਹੈ, ਜਿਹੜਾ ਕਿ ਹੁਣ ਵੈਰੀਫਾਈ ਕਰ ਰਹੇ ਸੀਗੇ। ਜੋ ਹੁਣ ਤੱਕ ਦੀ ਇਨਫੋਰਮੇਸ਼ਨ ਤੋਂ ਜਾਂ ਪੁੱਛਗਿੱਛ ਤੋਂ ਪਤਾ ਲੱਗਿਆ ਹੋਇਆ ਇਹ ਸੀਗਾ ਵੀ ਉਹ ਲੰਚ ਟਾਈਮ ਦੇ ਦੌਰਾਨ ਜਿਹੜਾ ਹੈਗਾ ਵੈਪਨ ਦੇ ਵਿੱਚ ਉਹ ਜਿਹੜਾ ਐਕਸੀਡੈਂਟਲ ਫਾਇਰ ਹੋਇਆ, ਜਿਹਦੇ ਕਰਕੇ ਉਹਨਾਂ ਨੂੰ ਇੰਜਰੀ ਵੀ ਆਈ ਆ। ਅਦਰਵਾਈਜ਼ ਜਿਹੜੇ ਬੈਂਕ ਗਾਰਡ ਨੇ ਆਊਟ ਆਫ ਡੇਂਜਰ ਨੇ ਅਤੇ ਡਾਕਟਰਸ ਉਹਨਾਂ ਦਾ ਟ੍ਰੀਟਮੈਂਟ ਵੀ ਕਰ ਰਹੇ ਨੇ। ਬਾਕੀ ਜਿਹੜੀ CCTV ਫੁਟੇਜ ਵਗੈਰਾ ਚੈੱਕ ਕਰਨ ਉਪਰੰਤ ਜਿਹੜੇ ਵੀ ਹੈਗਾ ਅਗਲੀ ਕਾਰਵਾਈ ਅਮਲ 'ਚ ਲਿਆਂਦੀ ਜਾਏਗੀ। ਭਾਅ ਜੀ ਕੀ ਹਾਲਾਤ ਨੇ? ਹਲੇ ਕੁਛ ਆਪਾਂ ਕਹਿ ਨਹੀਂ ਸਕਦੇ ਕਿਉਂਕਿ ਉਹ ਬੰਦਾ ਔਨ ਡਿਊਟੀ ਸੀਗਾ। ਕੀ ਹਾਲਾਤ ਸੀ, ਕਿਵੇਂ ਹੋਇਆ, ਉਹ ਸਾਰਾ ਕੁਝ ਟੈਕਨੀਕਲ ਪਲੱਸ ਲੋਕਲ ਸਾਰਾ ਦੇਖਣ ਤੋਂ ਬਾਅਦ, ਚੈੱਕ ਕਰਨ ਤੋਂ ਬਾਅਦ, ਉਹ ਤੋਂ ਬਾਅਦ ਹੀ ਫਿਰ ਆਪਾਂ ਜੋ ਅਗਲੀ ਤੁਹਾਨੂੰ ਇਨਫੋਰਮੇਸ਼ਨ ਅਪਡੇਟ ਕਰਾਂਗੇ। ਗੱਲਬਾਤ ਕਰਨ ਮੈਨਾਂ ਹੋਈ ਨਹੀਂ ਹੈਗੀ, ਪਤਾ ਨਹੀਂ ਲੱਗ ਰਿਹਾ। ਹੁਣ ਉਹਨੂੰ ਐਡਮਿਟ ਕੀਤਾ ਹੋਇਆ ਭੰਗੂ ਹੋਸਪਿਟਲ ਦੇ ਵਿੱਚ, ਠੀਕ ਆ। ਉਸ ਜਦੋਂ ਉਹ ਆਏਗਾ ਉਸ ਵਿੱਚ ਸਾਨੂੰ ਪਤਾ ਲੱਗ ਜਾਏਗਾ ਤਾਂ ਅਸੀਂ ਦੱਸ ਦਾਂਗੇ। ਨਹੀਂ ਸਰ, ਸਾਨੂੰ ਅਜੇ ਇਹਦੇ ਬਾਰੇ ਕੋਈ ਨੌਲੇਜ ਨਹੀਂ ਹੈਗੀ। ਸਾਨੂੰ ਉਹਦੀ ਆਵਾਜ਼ ਸੁਣੀ ਹੈ ਅਤੇ ਅਸੀਂ ਉਹਨੂੰ ਹੋਸਪਿਟਲ ਐਡਮਿਟ ਕਰਵਾ ਚੁੱਕੇ। ਗੋਲੀ ਸਰ ਅੱਖ ਵਗੈਰਾ 'ਤੇ ਲੱਗੀ ਸੀ ਇਹਦੇ। ਆਪਣੇ ਲੋਕਲ ਦਰਾਹਾ ਪੁਲਿਸ ਨੂੰ ਜਿਹੜੀ ਕਿ ਇਨਫੋਰਮੇਸ਼ਨ ਮਿਲੀ ਸੀਗੀ, ਜਿਹੜਾ ਕਿ ਲੋਕਲ PNB ਬ੍ਰਾਂਚ ਬੈਂਕ ਦੇ ਜਿਹੜੇ ਗਾਰਡ ਹੈ ਉਹਨਾਂ ਦੇ ਜਿਹੜਾ ਇੱਕ ਐਕਸੀਡੈਂਟਲ ਫਾਇਰ ਜਿਹੜਾ ਉਹਨਾਂ ਦੇ ਆਪਣੇ ਖੁਦ ਦੇ ਵੈਪਨ ਤੋਂ ਰਿਪੋਰਟ ਹੋਇਆ ਸੀਗਾ, ਜੋ ਕਿ ਪੁਲਿਸ ਮੌਕੇ 'ਤੇ ਪਹੁੰਚੀ ਹੈ, ਜਿਹੜਾ ਕਿ ਹੁਣ ਵੈਰੀਫਾਈ ਕਰ ਰਹੇ ਸੀਗੇ। ਜੋ ਹੁਣ ਤੱਕ ਦੀ ਇਨਫੋਰਮੇਸ਼ਨ ਤੋਂ ਜਾਂ ਪੁੱਛਗਿੱਛ ਤੋਂ ਪਤਾ ਲੱਗਿਆ ਹੋਇਆ ਇਹ ਸੀਗਾ ਵੀ ਉਹ ਲੰਚ ਟਾਈਮ ਦੇ ਦੌਰਾਨ ਜਿਹੜਾ ਹੈਗਾ ਵੈਪਨ ਦੇ ਵਿੱਚ ਉਹ ਜਿਹੜਾ ਐਕਸੀਡੈਂਟਲ ਫਾਇਰ ਹੋਇਆ, ਜਿਹਦੇ ਕਰਕੇ ਉਹਨਾਂ ਨੂੰ ਇੰਜਰੀ ਵੀ ਆਈ ਆ। ਅਦਰਵਾਈਜ਼ ਜਿਹੜੇ ਬੈਂਕ ਗਾਰਡ ਨੇ ਆਊਟ ਆਫ ਡੇਂਜਰ ਨੇ ਅਤੇ ਡਾਕਟਰਸ ਉਹਨਾਂ ਦਾ ਟ੍ਰੀਟਮੈਂਟ ਵੀ ਕਰ ਰਹੇ ਨੇ। ਬਾਕੀ ਜਿਹੜੀ CCTV ਫੁਟੇਜ ਵਗੈਰਾ ਚੈੱਕ ਕਰਨ ਉਪਰੰਤ ਜਿਹੜਾ ਵੀ ਹੈਗਾ ਅਗਲੀ ਕਾਰਵਾਈ ਅਮਲ 'ਚ ਲਿਆਂਦੀ ਜਾਏਗੀ। ਭਾਅ ਜੀ ਕੀ ਹਾਲਾਤ ਨੇ? ਹਲੇ ਕੁਛ ਆਪਾਂ ਕਹਿ ਨਹੀਂ ਸਕਦੇ ਕਿਉਂਕਿ ਉਹ ਬੰਦਾ ਔਨ ਡਿਊਟੀ ਸੀਗਾ। ਕੀ ਹਾਲਾਤ ਸੀ, ਕਿਵੇਂ ਹੋਇਆ, ਉਹ ਸਾਰਾ ਕੁਝ ਟੈਕਨੀਕਲ ਪਲੱਸ ਲੋਕਲ ਸਾਰਾ ਦੇਖਣ ਤੋਂ ਬਾਅਦ, ਚੈੱਕ ਕਰਨ ਤੋਂ ਬਾਅਦ, ਉਹ ਤੋਂ ਬਾਅਦ ਹੀ ਫਿਰ ਆਪਾਂ ਜੋ ਅਗਲੀ ਤੁਹਾਨੂੰ ਇਨਫੋਰਮੇਸ਼ਨ ਅਪਡੇਟ ਕਰਾਂਗੇ।